ਕੁਦਰਤ ਦੇ ਤੁਸੀਂ ਰੰਗ ਦੇਖੋ ਵੀ ਜਿਵੇਂ ਆਪਾਂ ਇਨਸਾਨ ਕਹਿੰਦਾ ਕਿ ਮੈਨੂੰ ਸਾਰਾ ਕੁਝ ਆਉਂਦਾ ਪਰ ਜਾਨਵਰ ਪਸ਼ੂ ਪੰਛੀ ਸਾਡੇ ਨੂੰ ਵੱਧ ਸਿਆਣੇ ਨੇ ਉਹਨਾਂ ਦੀ ਸਿਆਣਪ ਦਾ ਇੱਕ ਨਮੂਨਾ ਆਪਾਂ ਤੁਹਾਨੂੰ ਦਿਖਾਉਂਦੇ ਇੱਧਰ ਦੇਖੋ ਇਹ ਕਿਸੇ ਪੰਛੀ ਦਾ ਪਤਾ ਨਹੀਂ ਕਿ ਕਿਸੇ ਕੀੜੇ ਦਾ ਕਾਹਦਾ ਵਾ ਇਹ ਆਲਣਾ ਦੇਖੋ ਇੱਧਰ ਵੀ ਇੱਕ ਪੱਤਾ ਸੁੱਕਾ ਪੱਤਾ ਜੋੜਿਆ ਹੋਇਆ ਤੇ ਇੱਧਰ ਵੀ ਇਹ ਬੈਂਗਣ ਆ ਜਿਵੇਂ ਸਾਡੇ ਲੱਗੇ ਬੈਂਗਣ ਦੇ ਪੱਤੇ ਦੇ ਨਾਲ ਉਹਨਾਂ ਨੇ ਵੇਖ ਸਲਾਈ ਕਰਕੇ ਕਿੱਦਾਂ ਕਿੰਨੀ ਕਾਰਾਗਰੀ ਵਿਖਾਈ ਤੇ ਬਾਕੀ ਆਪਾਂ ਸਾਰਿਆਂ ਤੁਹਾਨੂੰ ਇਹੀ ਇਸ ਚੈਨਲ ਤੇ ਵਿਖਾਉਂਦੇ ਆ ਕਿ ਪਲੀਜ਼ ਤੁਸੀਂ ਜਿਹੜਾ ਪੁਰਾਣੇ ਕਲਚਰ ਨੂੰ ਆਪਣੇ ਨੂੰ ਲੈ ਕੇ ਸਾਹਮਣੇ ਆਓ ਉਸ ਚੀਜ਼ ਤੇ ਅਸਰ ਕਰੋ ਤੁਸੀਂ ਵੀ ਜਿਵੇਂ ਪੁਰਾਣੇ ਸਾਡੇ ਬਜ਼ੁਰਗ ਖਾਂਦੇ ਸੀ ਤੇ ਉਹ ਘੱਟ ਬਿਮਾਰ ਹੁੰਦੇ ਸੀ ਅੱਜ ਕੱਲ੍ਹ ਆਪਾਂ ਬਿਮਾਰੀਆਂ ਆਪਣੇ ਘਰੇ ਹੀ ਲਿਆ ਕੇ ਰੱਖੀਆਂ ਨੇ ਵੀ ਜਿਵੇਂ ਫਾਸਟ ਫੂਡ ਖਾਣਾ ਚਾਹੇ ਐਲਮੀਨੀਅਮ ਦੇ ਭਾਂਡਿਆਂ 'ਚ ਖਾਣਾ ਚਾਹੇ ਕੁੱਕਰ ਵਰਤਣਾ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਛੱਡੋ ਜੀ ਕੋਈ ਕਹਿੰਦਾ ਮੈਡਮ ਅਸੀਂ ਪਿੱਤਲ ਦਾ ਕੁੱਕਰ ਵਰਤ ਸਕਦੇ ਹੋ ਦੇਖੋ ਕੁੱਕਰ ਤਾਂ ਬਹੁਤ ਹੀ ਜ਼ਿਆਦਾ ਆਪਣੇ ਵਾਸਤੇ ਹਾਨੀ ਕਰਕੇ ਬਾਕੀ ਜਿਹੜੇ ਲੋਕ ਵਰਤਦੇ ਆਪਾਂ ਉਹਨਾਂ ਨੂੰ ਰੋਕ ਨਹੀਂ ਸਕਦੇ ਦੇਖੋ ਉਹਦੇ ਵਿੱਚ ਜਿਹੜੇ ਜਿੰਨੇ ਵੀ ਉਹਦੇ ਵਿੱਚ ਵਿਟਾਮਿਨ ਹੁੰਦੇ ਆਪਣੀ ਸਬਜ਼ੀ ਦੇ ਵਿੱਚ ਉਹ ਕੁੱਕਰ ਜਿਹੜਾ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਤੋੜ ਦਿੰਦਾ ਵਾ ਉਹ ਆਪਣੇ ਤੱਕ ਪੂਰੇ ਬੋਡੀ ਤੱਕ ਪਹੁੰਚ ਨਹੀਂ ਸਕਦੇ ਇਸ ਕਰਕੇ ਮੈਂ ਕਹੂੰਗੀ ਵੀ ਕੁੱਕਰ ਤਾਂ ਤੁਸੀਂ ਨਾ ਵਰਤੋ ਪਹਿਲਾਂ ਕਿਤੇ ਕੁੱਕਰ ਨਹੀਂ ਹੁੰਦੇ ਸੀ ਤੇ ਲੋਕ ਚੀਜ਼ ਨਹੀਂ ਖਾਂਦੇ ਸੀ ਜਿਹੜੇ ਪਿੱਤਲ ਦੇ ਭਾਂਡਿਆਂ ਨੂੰ ਆਪਾਂ ਕਿਵੇਂ ਘਰੇਲੂ ਗੈਸ ਦੇ ਉੱਤੇ ਕਲੀ ਕੀਤਾ ਵਾ ਉਹ ਘਰੇ ਆਪਣੇ ਆਪ ਕੀਤਾ ਲੋਕੀ ਜ਼ਿਆਦਾਤਰ ਇਸ ਚੀਜ਼ ਤੋਂ ਪਿੱਤਲ ਦੇ ਭਾਂਡਿਆਂ ਤੋਂ ਡਰਦੇ ਨੇ ਵੀ ਇਹ ਜਿਹੜੇ ਵਾਸ਼ ਨਹੀਂ ਹੁੰਦੇ ਤੇ ਚਾਹੇ ਕਲੀ ਨਹੀਂ ਹੁੰਦੇ ਜੇ ਹੁੰਦੇ ਤੇ ਬਾਹਰੋਂ ਬਹੁਤ ਮਹਿੰਗੇ ਹੁੰਦੇ ਕਣਕ ਦੀ ਰੋਟੀ ਨਾਲ ਇਹਦਾ ਕੋਈ ਮੇਲ ਨਹੀਂ ਆ ਤੇ ਇਹਨੇ ਫਾਇਦਾ ਤਾਂ ਹੀ ਆਪਣੀ ਬੋਡੀ ਨੂੰ ਕਰਨਾ ਜੇ ਆਪਾਂ ਇਹਦਾ ਜਿਹੜਾ ਸਹੀ ਮੇਲ ਕਰਾਂਗੇ ਤੇ ਆਮ ਹੀ ਮੈਂ ਤੁਹਾਨੂੰ ਵੀਡੀਓ 'ਚ ਵੀ ਵੈਸੇ ਦੱਸਿਆ ਵੈਸੇ ਵੀ ਤੁਸੀਂ ਗੂਗਲ 'ਤੇ ਸਰਚ ਮਾਰ ਕੇ ਦੇਖੋਗੇ ਨਾ ਵੀ ਡਰਮ ਸਟਿਕ ਭਰ ਲਓ ਚਾਹੇ ਤੁਸੀਂ ਸੁੰਜਣਾ ਭਰ ਲਓ ਚਾਹੇ ਸਹਿਜਨ ਚਾਹੇ ਮੋਰਿੰਗਾ ਇਹਦੇ ਕਈ ਨਾਂ ਨੇ ਤੇ ਤੁਸੀਂ ਭਰ ਕੇ ਉਹਦੇ ਬੈਨੀਫਿਟ ਵੇਖੋ ਵੀ ਬਹੁਤ ਹੀ ਜ਼ਿਆਦਾ ਦੇ ਜੜ੍ਹ ਤੋਂ ਲੈ ਕੇ ਪੱਤੇ ਤੱਕ ਜਿਹੜੇ ਇਹਦੇ ਬਹੁਤ ਜ਼ਿਆਦਾ ਫਾਇਦੇ ਆਪਣੇ ਸਰੀਰ ਨੂੰ ਵੀ ਹਰ ਇੱਕ ਬਿਮਾਰੀ ਵਾਸਤੇ ਠੀਕ ਆ ਕੈਂਸਰ ਵਾਸਤੇ ਤੇ ਖਾਸ ਕਰਕੇ ਜਿਹਦੇ ਕਰਕੇ ਆਪਾਂ ਇਹ ਸਾਰਾ ਕੁਝ ਇਹਨਾਂ ਨੂੰ ਘਰੇ ਲਈ ਇਹਨਾਂ ਚੀਜ਼ਾਂ ਉੱਤੇ ਮਿਹਨਤ ਕਰਨੀ ਪੈਂਦੀ ਹੈ ਤੇ ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਆ ਜੀ ਉਹ ਦਿਲ 'ਚ ਪਹਿਲਾਂ ਰੀਝ ਹੋਣੀ ਚਾਹੀਦੀ ਆ ਵੀ ਇਹ ਜਿਹੜੀ ਚੀਜ਼ ਆ ਮੈਂ ਲਾਉਣੀ ਆ ਫਿਰ ਜਗ੍ਹਾ ਦਾ ਵੀ ਨਹੀਂ ਕੋਈ ਮਕਸਦ ਫਿਰ ਗਮਲੇ ਦਾ ਵੀ ਨਹੀਂ ਕਈਆਂ ਲੋਕਾਂ ਨੇ ਤੇ ਬੋਤਲਾਂ ਕੱਟ ਕੱਟ ਕੇ ਤੁਹਾਨੂੰ ਪਤਾ ਵੀ ਉਹਨਾਂ ਦੇ ਵਿੱਚ ਫੁੱਲ ਬੂਟੇ ਲਾਏ ਹੁੰਦੇ ਜਿਵੇਂ ਅੱਜ ਇਹ ਦੇਖੋ ਜੀ ਨਿੱਕੀ ਜੀ ਸਬਜ਼ੀ ਦੀ ਦੁਕਾਨ ਲੱਗੀ ਹੈ ਮੇਰੀ ਬਹੁਤ ਖੁਸ਼ੀ ਹੋ ਰਹੀ ਹੈ ਵੀ ਇਹ ਸਾਡੀ ਮਿਹਨਤ ਦਾ ਫਲ ਆ ਵੀ ਜਿਹੜੀ ਆਪਾਂ ਇਹਨਾਂ ਤੋਂ ਰੇਹ ਸਪਰੇ ਨਹੀਂ ਜਿਵੇਂ ਕਹਿੰਦੇ ਬੈਂਗਣ ਨੂੰ ਖਾਣ ਨੂੰ ਮਨ ਤੇ ਕਰਦਾ ਵਾ ਪਰ ਡਰ ਲੱਗਦਾ ਵੀ ਇਹਨੂੰ ਸਪਰੇ ਸਭ ਤੋਂ ਵੱਧ ਜਿਹੜੀ ਬੈਂਗਣ ਨੂੰ ਸਪਰੇ ਹੁੰਦੀ ਆ ਬਟ ਅੱਜ ਜਿਹੜੀ ਅਸੀਂ ਅੱਖਾਂ ਬੰਦ ਕਰਕੇ ਵੀ ਖਾ ਸਕਦੇ ਹਾਂ ਵੀ ਨਹੀਂ ਇਹ ਸਾਡੇ ਘਰ ਦੇ ਆ ਇਹਨਾਂ ਨੂੰ ਦੇਖਾਂਗੇ ਪਹਿਲਾਂ ਇਹ ਸਾਡੀ ਜਿਹੜੀ ਅਸੀਂ ਆਪਦੀ ਘਰੇ ਕਿਚਨ ਗਾਰਡਨ ਦੀ ਜਿਹੜੀ ਆਪਾਂ ਖਾਦ ਤਿਆਰ ਕਰਦੇ ਹਾਂ ਨਾ ਆਪਾਂ ਉਹੀ ਇਹਦੇ ਉੱਤੇ ਪਾਉਂਦੇ ਇੱਕ ਸਾਡੇ ਗਾਰਡਨ ਦੇ ਵਿੱਚ ਖਰਗੋਸ਼ਾਂ ਨੇ ਤੇ ਚੂਹਿਆਂ ਨੇ ਜਿਹੜਾ ਜ਼ਿਆਦਾ ਜਾਲ ਪਾ ਲਿਆ ਉਹੀ ਚੀਜ਼ ਖਾ ਜਾਂਦੇ ਨੇ ਫਰੈਂਡਸ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਰਾਮ ਰਾਮ ਜੈ ਮਾਤਾ ਦੀ ਕੈਸੇ ਆਪ ਸਾਹਿਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪਬਲੋਗਰ 'ਤੇ ਤੋ ਫਰੈਂਡ ਜਿਵੇਂ ਆਪਾਂ ਪਹਿਲਾਂ ਗਾਰਡਨ ਦੀ ਸਾਰੀ ਵੀਡੀਓ ਪਾਈਆਂ ਨੇ ਇੱਕ ਦੋ ਵੀਡੀਓ ਪਹਿਲਾਂ ਵੀ ਪਾਈਆਂ ਆਪਾਂ ਹੁਣ ਜਿਹੜੀ ਗਾਂ ਨਵੰਬਰ ਦੀਆਂ ਜਿਹੜੀਆਂ ਸਬਜ਼ੀਆਂ ਆਉਣੀਆਂ ਨੇ ਉਹਨਾਂ ਦੀ ਆਪਾਂ ਬਿਜਾਈ ਕੀਤੀ ਸੀਗੀ ਯੂਟਿਊਬ ਫੈਮਿਲੀ ਵੱਲੋਂ ਆਪਾਂ ਨੂੰ ਮੈਸੇਜ ਆ ਰਹੇ ਸੀ ਕਮੈਂਟ ਆ ਰਹੇ ਸੀ ਕਿ ਮੈਡਮ ਤੁਸੀਂ ਦਿਖਾਓਗੇ ਤੁਸੀਂ ਕੀ ਬੀਜਿਆ ਫਿਰ ਇਹ ਦਿਖਾਓਗੇ ਤੁਹਾਡਾ ਉਹ ਚੀਜ਼ ਉੱਗ ਗਈ ਆ ਕਿ ਨਹੀਂ ਉੱਗ ਗਈ ਅਤੇ ਅੱਜ ਆਪਾਂ ਤੁਹਾਨੂੰ ਵੀਡੀਓ 'ਚ ਉਹੀ ਦਿਖਾਵਾਂਗੇ ਵੀ ਆਪਾਂ ਕੀ ਬੀਜਿਆ ਅਤੇ ਕਿਹੜੀ ਕਿਹੜੀ ਚੀਜ਼ ਆਪਣੀ ਉੱਗੀ ਹੈ ਅਤੇ ਕਿਹੜੀ ਨਹੀਂ ਉੱਗੀ ਅਤੇ ਨਾਲ ਆਪਾਂ ਅੱਜ ਕਰਾਂਗੇ ਜੀ ਬੈਂਗਣ ਦੀ ਤੁੜਾਈ ਕਿਉਂਕਿ ਦੇਖੋ ਤੁਸੀਂ ਪਿੱਛੇ ਵੇਖ ਸਕਦੇ ਹੋ ਮੇਰੇ ਇਹ ਸਾਰੇ ਬੈਂਗਣ ਦੇ ਬੂਟੇ ਲੱਗੇ ਹੋਏ ਨੇ ਕੁਛ ਲੰਬੀ ਬੈਂਗਣੀ ਜਿਹਨੂੰ ਕਹਿੰਦੇ ਆ ਉਹ ਲੱਗੀ ਹੋਈ ਆ ਕੁਛ ਇੱਧਰ ਆ ਜਿਹੜੇ ਲੱਗੇ ਹੋਏ ਆ ਇਹ ਗੋਲ ਬੈਂਗਣ ਨੇ ਕੁਛ ਆਪਾਂ ਲਾਏ ਸੀ ਇੱਥੇ ਹਰੇ ਬੈਂਗਣ ਅਤੇ ਅੱਜ ਆਪਾਂ ਸਾਰੇ ਬੈਂਗਣਾਂ ਦੀ ਤੁੜਾਈ ਕਰਾਂਗੇ ਅਤੇ ਕੁਛ ਤੁਸੀਂ ਵੇਖ ਵੀ ਚੁੱਕੇ ਦੇਖੋ ਆਪਾਂ ਬੈਂਗਣ ਤੋੜੇ ਆ ਇਹ ਹਰੇ ਬੈਂਗਣ ਨੇ ਅਤੇ ਇਹ ਆ ਜੀ ਜਿਹੜੀ ਲੰਬੀ ਬੈਂਗਣੀ ਕੋਈ ਕਹਿੰਦਾ ਕੋਈ ਬੈਂਗਣ ਕਹਿੰਦਾ ਇਹ ਦੇਖੋ ਇਹ ਜਿਹੜੇ ਆਪਾਂ ਤੋੜੇ ਆ ਜੀ ਬਲੈਕ ਬੈਂਗਣ ਜਿਹਨੂੰ ਕਹਿ ਸਕਦੇ ਹਾਂ ਆਪਾਂ ਬਲੈਕ ਤਾਂ ਨਹੀਂ ਇਹਦਾ ਰੰਗ ਜਾਮ ਨਹੀਂ ਜਾਂਦਾ ਹੈ ਨਾ ਅਤੇ ਦੇਖੋ ਇਹ ਸਾਰੇ ਬੈਂਗਣ ਇਹ ਜਿਹੜੇ ਬੈਂਗਣ ਆਪਾਂ ਤੁਹਾਨੂੰ ਤਾਂ ਦਿਖਾ ਰਹੇ ਹਾਂ ਕਿ ਇਹ ਬਿਨਾਂ ਰੇਹ ਸਪਰੇ ਤੋਂ ਠੀਕ ਹੈ ਇਹਦੇ ਵਿੱਚ ਇੱਕ ਦੋ ਕਾਣੇ ਵੀ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਟ ਇਹਦੇ ਉੱਤੇ ਆਪਾਂ ਸਪਰੇ ਬਿਲਕੁਲ ਨਹੀਂ ਕੀਤੀ ਹੈਗੀ ਬਿਨਾਂ ਰੇਹ ਸਪਰੇ ਤੋਂ ਇਹ ਜਿਹੜੇ ਆਪਾਂ ਬੈਂਗਣ ਆ ਉਹ ਆਪਣਾ ਬੀਜੇ ਖਾਸ ਕਰਕੇ ਕਹਿੰਦੇ ਗਾਰਡਨ 'ਚ ਹਰ ਇੱਕ ਚੀਜ਼ ਹੋ ਜੂਗੀ ਬਿਨਾਂ ਰੇਹ ਸਪਰੇ ਤੋਂ ਪਰ ਬੈਂਗਣ ਨਹੀਂ ਹੁੰਦੇ ਅਸੀਂ ਵੀ ਬਹੁਤ ਜਿਹੜੇ ਵੀ ਥੱਕ ਚੁੱਕੇ ਸੀ ਇਹਨਾਂ ਨੂੰ ਤਾਂ ਵੱਢ ਵੀ ਦਿੱਤਾ ਵੀ ਪੁੱਟ ਵੀ ਦਈਏ ਪਰ ਸਾਨੂੰ ਕਿਸੇ ਸਿਆਣੇ ਅੰਕਲ ਨੇ ਦੱਸਿਆ ਵੀ ਤੁਸੀਂ ਇਹਨਾਂ ਨੂੰ ਅਜੇ ਇੱਦਾਂ ਕੁਛ ਨਾ ਕਰੋ ਜਦੋਂ ਬਰਸਾਤਾਂ ਖਤਮ ਹੋ ਗਈਆਂ ਉਦੋਂ ਇਹਨਾਂ ਦਾ ਕੀੜਾ ਜਿਹੜਾ ਆਪਣੇ ਆਪ ਹੀ ਮਰ ਜਾਣਾ ਇਹਨਾਂ ਦੀ ਡੰਡੀ ਤੱਕ ਕੀੜਾ ਪੈ ਗਿਆ ਸੀਗਾ ਅਤੇ ਬਟ ਇੱਦਾਂ ਹੀ ਆਪਾਂ ਕੀਤਾ ਉੱਤੋਂ ਇੱਦਾਂ ਦੀ ਸਾਰਿਆਂ ਦੀ ਕਟਿੰਗ ਕਰ ਦਿੱਤੀ ਅਤੇ ਹੁਣ ਦੇਖੋ ਇਹੀ ਬੈਂਗਣ ਬਿਨਾਂ ਰੇਹ ਸਪਰੇ ਤੋਂ ਕਿੰਨੇ ਵਧੀਆ ਦੇਖੋ ਤੁਹਾਨੂੰ ਗ੍ਰੀਨ ਵੀ ਵਿਖਾਉਂਦੇ ਆਪਾਂ ਇਹ ਦੇਖੋ ਇਹ ਗ੍ਰੀਨ ਵੀ ਇਹ ਸਾਰੇ ਪਹਿਲਾਂ ਕਾਣੇ ਪੈ ਚੁੱਕੇ ਸੀਗੇ ਹੁਣ ਦੇਖੋ ਕਿੰਨੇ ਵਧੀਆ ਹੈ ਅਤੇ ਹੁਣ ਆਪਾਂ ਤੋੜਦੇ ਹਾਂ ਜੀ ਗੋਲ ਬੈਂਗਣ ਆਓ ਤੁਹਾਨੂੰ ਦਿਖਾਉਂਦੇ ਆਪਾਂ ਗੋਲ ਬੈਂਗਣ ਕਿੰਨੇ ਲੱਗੇ ਹੋਏ ਨੇ ਅਤੇ ਬਾਕੀ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਕੀ ਬੀਜਿਆ
ਇਹ ਦੇਖੋ ਤੁਸੀਂ ਦੇਖ ਸਕਦੇ ਹੋ ਗੋਲ ਬੈਂਗਣ ਵੀ ਇਹ ਆਪਾਂ ਤੋੜ ਵੀ ਚੁੱਕੇ ਇੱਕ ਅਤੇ ਇਹ ਸਾਰੇ ਲੱਗੇ ਹੋਏ ਨੇ ਗੋਲ ਬੈਂਗਣ ਜਿਹੜੇ ਆਪਣੇ ਭੜਥੇ ਵਾਲੇ ਬੈਂਗਣ ਇਹਨਾਂ ਨੂੰ ਕਹਿੰਦੇ ਕੁਛ ਅਸੀਂ ਇਹਦੇ ਛੋਟੇ ਛੋਟੇ ਜਿਹੜੇ ਇੱਦਾਂ ਤੋੜ ਕੇ ਭਰ ਕੇ ਵੀ ਬਣਾ ਲਈਦੇ ਅਤੇ ਜੇ ਵੱਡੇ ਹੋ ਜਾਣ ਤਾਂ ਫਿਰ ਉਹਦਾ ਭੜਥਾ ਵੀ ਬਣਾ ਲਈਦਾ ਇਹ ਕਾਣਾ ਪੈ ਗਿਆ ਦੇਖੋ ਇਹਨੂੰ ਆਪਾਂ ਤੋੜ ਦਿੰਦੇ ਹਾਂ ਇਹ ਕਾਣਾ ਹੋ ਗਿਆ ਬਾਕੀ ਇੱਧਰ ਬਹੁਤ ਲੱਗੇ ਨੇ ਅਤੇ ਜੇ ਆਪਾਂ ਭਰ ਕੇ ਬਣਾਈਏ ਤਾਂ ਆਪਾਂ ਇਹਨਾਂ ਨੂੰ ਇੱਦਾਂ ਹੀ ਤੋੜ ਸਕਦੇ ਹਾਂ ਬਟ ਆਪਾਂ ਇਹਦੇ ਵਿੱਚੋਂ ਵੱਡੇ ਵੱਡੇ ਤੋੜਾਂਗੇ ਜਿੱਦਾਂ ਆਪਾਂ ਭੜਥਾ ਬਣਾ ਸਕ ਇਹ ਥੋੜ੍ਹੇ ਵੱਡੇ ਨੇ ਇਹ ਆਪਾਂ ਤੋੜ ਲੈਂਦੇ ਹਾਂ ਬਾਕੀ ਇਹਨੂੰ ਬਹੁਤ ਲੱਗੇ ਹੋਏ ਨੇ ਦੇਖੋ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਜਿਹੜਾ ਵੱਡੇ ਹੋਣ ਦਿੰਦੇ ਹਾਂ ਭੜਥਾ ਹੀ ਬਣਾਇਆ ਕਰਾਂਗੇ ਇਹਨਾਂ ਦਾ ਕਿਉਂਕਿ ਜਿਹੜੇ ਗੋਲ ਨਿੱਕੇ ਬੈਂਗਣ ਉਹ ਆਪਣੇ ਕੋਲ ਉੱਧਰ ਹੋਰ ਹੈਗੇ ਨੇ ਇਹ ਬਗੀਚਾ ਸਾਡਾ ਦਾਲ ਦੇ ਬੂਟਿਆਂ ਕਰਕੇ ਐਂ ਬਣ ਗਿਆ ਜਿਵੇਂ ਜੰਗਲ ਹੁੰਦਾ ਨਾ ਐਮਾਜ਼ੋਨ ਦਾ ਦੇਖੋ ਐਂ ਇਹ ਬਹੁਤ ਬੂਟੇ ਵੱਡੇ ਵੱਡੇ ਹੋ ਗਏ ਵੈਸੇ ਇਹਨਾਂ ਨੂੰ ਵੀ ਫਲੀ ਹੁਣ ਪੈ ਚੁੱਕੀ ਹੈ ਉੱਤੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਜੀ ਅਰਹਰ ਦੀ ਦਾਲ ਜਿਹਨੂੰ ਕਹਿੰਦੇ ਆਪਾਂ ਸਾਂਬਰ ਵਾਲੀ ਦਾਲ ਇਹ ਫਲੀਆਂ ਇਹਨਾਂ ਵੀ ਪੈ ਚੁੱਕੀਆਂ ਨੇ ਪਰ ਇਹਨਾਂ ਨੂੰ ਅਗਲੀ ਵਾਰ ਜਦੋਂ ਲਾਵਾਂਗੇ ਇੱਕ ਸਾਈਡ ਸਾਈਡ 'ਤੇ ਲਾਵਾਂਗੇ ਤਾਂ ਵੈਸੇ ਹੀ ਕਿਤੇ ਬਸ ਐਕਸਪੈਰੀਮੈਂਟ ਕੀਤਾ ਸੀ ਅਤੇ ਉੱਗ ਗਏ ਹੁਣ ਆਪਾਂ ਅਗਲੀ ਵਾਰ ਇਹਨਾਂ ਨੂੰ ਲਾਵਾਂਗੇ ਜੀ ਇੱਕ ਸਾਈਡ 'ਤੇ ਕਰਕੇ ਬਸ ਬਾਕੀ ਬੈਂਗਣ ਆਪਾਂ ਰਹਿਣ ਦਿੰਦੇ ਹਾਂ ਦੇਖੋ ਬਹੁਤ ਲੱਗੇ ਨੇ ਪਰ ਆਪਾਂ ਇਹਨਾਂ ਨੂੰ ਥੋੜ੍ਹਾ ਵੱਡੇ ਹੋਣ ਦਿੰਦੇ ਹਾਂ ਇਹ ਦੇਖੋ ਜੀ ਪਹਿਲਾਂ ਜਿਹੜੀਆਂ ਆਪਾਂ ਜੂਨ ਜੁਲਾਈ 'ਚ ਸਬਜ਼ੀਆਂ ਲਾਈਆਂ ਸੀ ਇਹ ਜਿਵੇਂ ਲੌਕੀ ਹੋ ਗਏ ਕੱਦੂ ਹੋ ਗਏ ਗੋਲ ਅਤੇ ਤੋਰੀਆਂ ਇਹ ਸਾਰੀਆਂ ਵੱਲਾਂ ਉਹਨਾਂ ਦੀਆਂ ਨੇ ਹੁਣ ਇਹ ਜਿਹੜਾ ਜਾਂਦੀ ਵਾਰ ਦਾ ਫਲ ਹੀ ਆ ਬਟ ਜੇ ਅਸੀਂ ਤੋੜਾਂਗੇ ਨਹੀਂ ਇਹ ਘਾਹ ਵੀ ਇਹਨਾਂ ਵਿੱਚ ਬਹੁਤ ਹੋ ਗਿਆ ਆਪਾਂ ਕਹਿੰਦੇ ਵੀ ਇੱਕ ਵਾਰੀ ਸਫਾਈ ਕਰੀ ਜਦੋਂ ਇਹ ਸੁੱਕ ਜਾਣਗੀਆਂ ਅਤੇ ਬਾਕੀ ਆਪਾਂ ਜਿਹੜਾ ਹੁਣ ਬੀਜਿਆ ਜੀ ਉਹ ਇੱਥੇ ਸੁੰਗਰੇ ਲਾਏ ਦੇਖੋ ਇਹ ਸਾਰੇ ਨਿਕਲੇ ਹੋਏ ਸੁੰਗਰੇ ਇੱਕ ਮੂੰਗਰੇ ਹੁੰਦੇ ਆ ਜਿਹੜੇ ਮੂਲੀ ਤੋਂ ਤਿਆਰ ਹੁੰਦੇ ਆ ਇਹ ਆ ਜੀ ਸੁੰਗਰੇ ਇਹ ਪੰਜ ਕੁ ਦਿਨ ਹੋਏ ਲਾਏ ਪੰਜਾਂ ਦਿਨਾਂ ਬਾਅਦ ਇਹ ਜਿਹੜਾ ਬੀਜ ਆ ਉਹ ਨਿਕਲ ਆਇਆ ਬਾਹਰ ਇਹ ਦੇਖੋ ਸਾਰੇ ਸੁੰਗਰੇ ਨਿਕਲੇ ਹੋਏ ਆ ਅਤੇ ਇੱਕ ਵਾਰੀ ਆਪਾਂ ਇਹਨਾਂ 'ਚ ਗੇੜਾ ਮਾਰ ਲੈਂਦੇ ਹਾਂ ਵੀ ਕੋਈ ਆਪਾਂ ਨੂੰ ਅੱਲ ਚਾਹੇ ਤੋਰੀ ਕੱਦੂ ਕੋਈ ਮਿਲ ਜੇ ਤਾਂ ਇਹ ਦੇਖੋ ਇਹ ਛੋਟੀ ਜਿਹੀ ਲੱਗੀ ਆ ਬਟ ਅੱਗੋਂ ਜਿਹੜਾ ਇਹਨਾਂ ਸੜਨਾ ਸ਼ੁਰੂ ਖਰਾਬ ਹੋਣੀ ਸ਼ੁਰੂ ਹੋ ਗਈ ਇਸ ਕਰਕੇ ਆਪਾਂ ਇਹਨੂੰ ਤੋੜ ਹੀ ਦਿੰਦੇ ਹਾਂ ਨਹੀਂ ਤਾਂ ਥੋੜ੍ਹੀ ਵੱਡੀ ਹੋ ਜਾਂਦੀ ਹੁੰਦੀ ਫਿਰ ਤੋੜੀ ਦੀ ਹੋਰ ਦੇਖਦੇ ਹਾਂ ਹੋਰ ਲੱਗੀਆਂ ਹੋਣਗੀਆਂ ਘਾਹ ਦੇ ਕਰਕੇ ਨਾ ਵਿੱਚ ਪਤਾ ਨਹੀਂ ਲੱਗਦਾ ਇੱਕ ਸਾਡੇ ਗਾਰਡਨ ਦੇ ਵਿੱਚ ਖਰਗੋਸ਼ਾਂ ਨੇ ਅਤੇ ਚੂਹਿਆਂ ਨੇ ਜਿਹੜਾ ਜ਼ਿਆਦਾ ਜਾਲ ਪਾ ਲਿਆ ਉਹੀ ਚੀਜ਼ ਖਾ ਜਾਂਦੇ ਨੇ ਦੇਖੋ ਨਿੱਕੀਆਂ ਨਿੱਕੀਆਂ ਕਿੰਨੀ ਅਜੇ ਲੱਗੀਆਂ ਹੋਈਆਂ ਇਸ ਕਰਕੇ ਆਪਣਾ ਵੱਲਾਂ ਤੋੜਨ ਨੂੰ ਦਿਲ ਨਹੀਂ ਕਰਦਾ ਉਹ ਦੇਖੋ ਵੱਡੀਆਂ ਵੀ ਆ ਨਿੱਕੀਆਂ ਵੀ ਆ ਸਾਰੀਆਂ ਇਹ ਜਿਹਨੂੰ ਲੌਕੀ ਕਹਿੰਦੇ ਆ ਚਾਹੇ ਅੱਲਾਂ ਬੋਲਦੇ ਨੇ ਇਹ ਉਹ ਚੀਜ਼ਾਂ ਨੇ ਜੀ ਇਹ ਦੇਖੋ ਇਸ ਇੱਧਰਲੀ ਸਾਈਡ ਨੂੰ ਵੱਲ ਨੂੰ ਕਿੰਨੀਆਂ ਲੱਗੀਆਂ ਹੋਈਆਂ ਨੇ ਇਹ ਦੇਖੋ ਇੰਨੀਆਂ ਨਿੱਕੀਆਂ ਨਿੱਕੀਆਂ ਨੇ ਆ ਦੇਖੋ ਐਂ ਕਿੰਨੀਆਂ ਕੁਲੀਆਂ ਕੁਲੀਆਂ ਸੋਹਣੀਆਂ ਲੱਗਦੀਆਂ ਉਹ ਪੂਰੀ ਵੱਲ ਇਹ ਭਰੀ ਪਈ ਆ ਜੇ ਇਹਨਾਂ ਨੂੰ ਆਪਾਂ ਵੱਲਾਂ ਨੂੰ ਨਹੀਂ ਤੋੜਾਂਗੇ ਇਹ ਲੌਕੀ ਤੋੜ ਲੈਂਦੇ ਆਪਾਂ ਅਤੇ ਆਹ ਲੱਗੇ ਆ ਜੀ ਇੱਦਾਂ ਨਿੱਕੀ ਨਿੱਕੀ ਆਪਣੀ ਬੈਂਗਣੀ ਜਿਹੜੀ ਬਿਲਕੁਲ ਛੋਟੀ ਛੋਟੀ ਆਪਾਂ ਨੂੰ ਬਾਜ਼ਾਰ 'ਚੋਂ ਮਿਲਦੀ ਹੈ ਭਰ ਕੇ ਬਣਾਉਣ ਵਾਲੀ ਹੈ ਦੇਖੋ ਇਹਨੂੰ ਵੀ ਫਲ ਹੋਣ ਬਹੁਤ ਵਧੀਆ ਲੱਗਾ ਇਹਦੇ ਪੱਤਿਆਂ ਦਾ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਆਪਾਂ ਇਹਨਾਂ ਨੂੰ ਕੋਈ ਸਪਰੇਅ ਨਹੀਂ ਕੀਤੀ ਹੈਗੀ ਕਿਉਂਕਿ ਜੇ ਸਪਰੇਅ ਕਰੀਏ ਤਾਂ ਫਿਰ ਇਹਦੇ ਪੱਤਿਆਂ ਦੇ ਵੀ ਰੰਗਤ ਆਉਂਦੀ ਇਹਨੂੰ ਬਹੁਤ ਕੀੜਾ ਲੱਗ ਚੁੱਕਾ ਸੀਗਾ ਬਟ ਆਪਾਂ ਇਹਦੇ ਉੱਤੇ ਜਿਵੇਂ ਤੁਹਾਨੂੰ ਦੱਸਿਆ ਆਪਾਂ ਦੇਸੀ ਖਾਦ ਚਾਹੇ ਜਿਵੇਂ ਆਪਾਂ ਨਿੰਮ ਦਾ ਪਾਣੀ ਚਾਹੇ ਲੱਸੀ ਖੱਟੀ ਉਹੀ ਆਪਾਂ ਇਹਨਾਂ ਦੇ ਉੱਤੇ ਜਿਹੜਾ ਪਾਉਂਦੇ ਹਾਂ ਅਤੇ ਕੀੜਾ ਜਿਹੜਾ ਉਹ ਮਰ ਜਾਂਦਾ ਇਹਨਾਂ ਦਾ ਰੰਗ ਹੀ ਦੇਖੋ ਐਂ ਬਲੈਕ ਪੂਰਾ ਲੱਗਣ ਦਿਆ ਬਹੁਤ ਸੋਹਣਾ ਰੰਗ ਇਹਨਾਂ ਦਾ ਇਹ ਸਾਰੇ ਹੁਣ ਭਰੇ ਪਏ ਇੱਧਰ ਇਹ ਦੇਖੋ ਤੇਲ ਲੱਗੀ ਹੈ ਜੀ ਆਪਣੀ ਹਲਦੀ ਇਹ ਦੇਖੋ ਹਲਦੀ ਜਦੋਂ ਪੱਕੇਗੀ ਉਦੋਂ ਹੀ ਆਪਾਂ ਇਹਨੂੰ ਕੱਢਾਂਗੇ ਅਤੇ ਹੁਣ ਆਪਾਂ ਉੱਧਰ ਵਿਖਾਉਂਦੇ ਤੁਹਾਨੂੰ ਹੋਰ ਕਿਹੜੀਆਂ ਚੀਜ਼ਾਂ ਲੱਗੀਆਂ ਇਹ ਸਾਡੀ ਜਿਹੜੀ ਅਸੀਂ ਆਪਦੀ ਘਰੇ ਕਿਚਨ ਗਾਰਡਨ ਦੀ ਜਿਹੜੀ ਆਪਾਂ ਖਾਦ ਤਿਆਰ ਕਰਦੇ ਹਾਂ ਨਾ ਆਪਾਂ ਉਹੀ ਇਹਦੇ ਉੱਤੇ ਪਾਉਂਦੇ ਹਾਂ ਚਾਹੇ ਆ ਦੇਸੀ ਰੂੜੀ ਆਪਾਂ ਜਿਹੜੀ ਸਟਾਈ ਹੋਈ ਜਿਹਨੂੰ ਗੋਹੇ ਦੀ ਖਾਦ ਬੋਲਦੇ ਆ ਇਹ ਆਪਾਂ ਸਟਾਈ ਆ ਇਹ ਆਪਾਂ ਪਾਈਦੀ ਆ ਅਤੇ ਦੇਖੋ ਜਿਹੜੀ ਅਸੀਂ ਘਰੇ ਤਿਆਰ ਕਰਦੇ ਹਾਂ ਜਿਵੇਂ ਛਿਲਕੇ ਹੋਏ ਫਰੂਟ ਦੇ ਛਿਲਕੇ ਹੋਏ ਸਬਜ਼ੀ ਦੇ ਛਿਲਕੇ ਹੋਏ ਸਾਰਾ ਉਹ ਜਿਹੜਾ ਕਚਰਾ ਵਾ ਉਹ ਆਪਾਂ ਬਾਲਟੀਆਂ 'ਚ ਪਾ ਕੇ ਰੱਖ ਕੇ ਉਹਨਾਂ ਦੀ ਖਾਦ ਘਰੇ ਤਿਆਰ ਕਰਦੇ ਹਾਂ ਅਤੇ ਉਹਨਾਂ ਦਾ ਨਤੀਜਾ ਦੇਖੋ ਆਪਣੇ ਆਪ ਹੀ ਇੱਥੇ ਨਾ ਸਾਡੇ ਜਿਵੇਂ ਅਮਰੂਦ ਉੱਗ ਗਿਆ ਚਾਹੇ ਲੀਚੀ ਜੋ ਵੀ ਆਪਾਂ ਚੀਜ਼ ਖਾਂਦੇ ਹਾਂ ਜਿਵੇਂ ਛਿਲਕੇ ਦੇ ਵਿੱਚ ਕੋਈ ਬੀਜ ਆ ਦੇਖੋ ਇਹ ਕੁਦਰਤ ਦੇ ਰੰਗ ਨੇ ਆਪਣੇ ਆਪ ਹੀ ਜਿਹੜੇ ਇੱਦਾਂ ਦੇ ਅਮਰੂਦ ਜਿਹੜੇ ਆ 5-7 ਅਤੇ ਜੇ ਤੁਸੀਂ ਹਿਸਾਬ ਲਾਓ ਜਿਹੜੇ ਉੱਧਰਲੇ ਬੈਂਗਣ ਆ ਤੁਹਾਨੂੰ ਆਪਾਂ ਉਹ ਗੋਲ ਬੈਂਗਣ ਵਿਖਾਏ ਆ
ਇਹ ਅਸੀਂ ਕੋਈ ਬੂਟਾ ਨਹੀਂ ਲਗਾਇਆ ਹੈਗਾ, ਇਹ ਸਾਰੇ ਆਪਣੇ ਆਪ ਹੀ ਵਿੱਚੋਂ ਨਿਕਲੇ। ਘੱਟ ਤੋਂ ਘੱਟ ਇਹ 20-21 ਬੂਟੇ ਸੀ, ਆਪਾਂ ਸਿਰਫ ਥੋੜ੍ਹੇ ਰੱਖੇ, ਬਾਕੀ ਕੱਢ ਦਿੱਤੇ। ਆਪਣੇ ਆਪ ਹੀ ਸਾਰੇ ਉੱਗੇ ਸੀਗੇ ਉਹ ਖਾਦ ਦੇ ਕਰਕੇ ਹੀ। ਸੁੰਗਰਿਆਂ ਤੋਂ ਬਾਅਦ ਜੀ ਹਲਦੀ, ਜਿਵੇਂ ਆਪਾਂ ਤੁਹਾਨੂੰ ਵਿਖਾਈਏ, ਅਤੇ ਇੱਧਰਲੀਆਂ ਵੱਟਾਂ 'ਤੇ ਦੇਖੋ, ਸਾਰੀਆਂ ਆਪਾਂ ਮੂਲੀਆਂ ਲਾਈਆਂ ਸੀ, ਇਹ ਸਾਰੀਆਂ ਪ੍ਰੋਪਰ ਹੀ ਨਿਕਲ ਗਈਆਂ ਮੂਲੀਆਂ। ਦੇਖੋ ਕਿੰਨੀਆਂ ਵਧੀਆ ਲੱਗਦੀਆਂ, ਇਹ ਹਫ਼ਤੇ ਡੇਢ ਹਫ਼ਤੇ ਦੇ ਅੰਦਰ ਅੰਦਰ ਹੀ ਇਹ ਸਾਰੀਆਂ ਨਿਕਲ ਗਈਆਂ ਨੇ, ਮੂਲੀ ਛੇਤੀ ਨਿਕਲ ਆਉਂਦੀ ਆ। ਅਤੇ ਇੱਧਰ ਆਪਾਂ ਲਾਏ ਆ ਜੀ ਸ਼ਲਗਮ, ਇਹ ਦੇਖੋ ਇਹ ਸ਼ਲਗਮ ਵੀ ਆਪਣੇ ਨਿਕਲੇ ਹੋਏ ਨੇ ਇੱਧਰਲੀਆਂ ਵੱਟਾਂ ਦੇ। ਬਾਕੀ ਜਿਹੜੀਆਂ ਦੂਜੀਆਂ ਕਿਆਰੀਆਂ ਆਪਾਂ ਬੀਜੀਆਂ ਉਹਨਾਂ ਦੇ ਸਾਈਡਾਂ 'ਤੇ ਸ਼ਲਗਮ ਲਾਏ। ਅਤੇ ਇੱਧਰ ਮੂਲੀਆਂ ਤੋਂ ਬਾਅਦ 'ਚ ਆਪਾਂ ਇੱਧਰਲੀਆਂ ਵੱਟਾਂ 'ਤੇ ਲਾਈਆਂ ਜੀ ਗਾਜਰਾਂ, ਇਹ ਦੇਖੋ ਗਾਜਰਾਂ ਵੀ ਸਾਰੀਆਂ ਨਿਕਲੀਆਂ ਹੋਈਆਂ ਨੇ, ਇਹ ਦੇਖੋ ਇਹ ਸਾਰੀਆਂ ਗਾਜਰਾਂ ਵੀ ਨਿਕਲ ਚੁੱਕੀਆਂ ਇੱਧਰਲੀ ਵੱਟ 'ਤੇ ਵੀ ਸਾਰੀਆਂ। ਇਹ ਜਿਹੜੀਆਂ 4-5 ਵੱਟਾਂ ਨੇ ਇਹਨਾਂ ਦੇ ਉੱਤੇ ਆਪਾਂ ਇਹ ਗਾਜਰਾਂ ਹੀ ਲਾਈਆਂ ਨੇ, ਇਹ ਗਾਜਰਾਂ ਵੀ ਪੂਰੀਆਂ ਨਿਕਲ ਗਈਆਂ। ਬੜੀ ਖੁਸ਼ੀ ਹੁੰਦੀ ਜਦੋਂ ਆਪਣਾ ਕੋਈ ਬੀਜ ਆਪਾਂ ਲਾਉਂਦੇ ਹਾਂ ਅਤੇ ਫਿਰ ਉਹ ਨਿਕਲਦਾ, ਅਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ। ਅਤੇ ਇੱਧਰ ਆਪਾਂ ਲਾਈ ਇਸ ਕਿਆਰੀ 'ਚ ਪਾਲਕ, ਇਹ ਅਜੇ ਘੱਟ ਨਿਕਲੀ ਆ, ਉਹ ਅਜੇ ਪੂਰੀ ਪ੍ਰੋਪਰਲੀ ਦੇਖ ਨਹੀਂ ਰਹੀ ਅਤੇ ਬਸ ਨਿਕਲ ਰਹੀ ਹੈ। ਅਤੇ ਵੈਸੇ ਜਿਵੇਂ ਉਹੀ ਸਾਨੂੰ ਪਿਛਲੇ ਸਾਲ ਵਾਲੀ ਪ੍ਰੋਬਲਮ ਵੀ ਗਾਂ ਜਿਹੜੀ ਆ ਉਹ ਵਿੱਚੋਂ ਕਿਤੇ ਕੱਲ੍ਹ ਨਿਕਲ ਕੇ ਆ ਗਈ, ਉੱਧਰਲੀ ਸਾਈਡ ਤੋਂ ਸਾਰੀਆਂ ਝਾੜੀਆਂ ਜਿਹੀਆਂ ਲਾ ਕੇ, ਇਹ ਦੇਖੋ ਉਹਨੇ ਕੰਮ ਖਰਾਬ ਕਰਤਾ। ਅਤੇ ਬਾਕੀ ਪਾਲਕ ਦੀਆਂ ਵੱਟਾਂ 'ਤੇ ਵੀ ਆਪਾਂ ਇਹ ਲਾਏ ਨੇ ਸ਼ਲਗਮ। ਅਤੇ ਇੱਧਰਲੀਆਂ ਜਿਹੜੀਆਂ ਬੱਲਾਂ ਆਪਾਂ ਉੱਤੇ ਚੜ੍ਹਾਈਆਂ, ਇਹਨਾਂ ਦੇ ਉੱਤੇ ਲੱਗੀਆਂ ਜੀ ਤੋਰੀਆਂ, ਅਤੇ ਆਪਾਂ ਤੋਰੀਆਂ ਵੀ ਤੋੜ ਲੈਂਦੇ ਇੱਧਰੋਂ। ਬਾਕੀ ਬੱਲ ਤਾਂ ਸੁੱਕਦੀ ਜਾਂਦੀ ਆ, ਪਰ ਜਿਹੜੀਆਂ ਲੱਗਦੀਆਂ ਜਾਂਦੀਆਂ ਉਹ ਆਪਾਂ ਤੋੜੀ ਜਾਵਾਂਗੇ। ਇਹ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਤੋਰੀਆਂ ਵੀ ਲੱਗਣ ਦਈਆਂ। ਅਤੇ ਆਵੇ ਇੱਧਰ ਵੀ ਕੁਛ ਆਪਾਂ ਹਲਦੀ ਲਾਈ, ਪਹਿਲਾਂ ਉੱਧਰ ਲਾਤੀ ਸੀ, ਉਹ ਨਿਕਲੀ ਨਹੀਂ ਸੀ, ਆਪਾਂ ਨੂੰ ਇਹ ਵੀ ਪਤਾ ਨਹੀਂ ਨਿਕਲੂ ਕਿ ਨਾ ਨਿਕਲੂ, ਪਰ ਕਹਿੰਦੇ ਹੁੰਦੇ ਸਬਰ ਦਾ ਫਲ ਮਿੱਠਾ ਹੁੰਦਾ, ਅਤੇ ਉਹ ਵੀ ਬਹੁਤ ਸੋਹਣੀ ਹਲਦੀ ਨਿਕਲ ਆਈ। ਅਤੇ ਇੱਧਰਲੀ ਵੀ ਹਲਦੀ ਨਿਕਲ ਆਈ, ਇੱਧਰ ਜਿਵੇਂ ਆਪਾਂ ਤੁਹਾਨੂੰ ਦਿਖਾਏ ਵੀ ਬੈਂਗਣ, ਬਾਹਰਲੀ ਸਾਈਡ 'ਤੇ ਆਪਾਂ ਲਾਈਏ ਜੀ ਹਰ ਹਰ ਦੀ ਦਾਲ, ਅਤੇ ਇੱਧਰ ਆ ਨਿਕਲੀ ਹੋਈ ਜੀ ਆਪਣੀ ਮੇਥੀ, ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਨਾਲ ਹੀ ਘਾਹ ਵੀ ਨਿਕਲਿਆ, ਆਪਾਂ ਇਹਦੀ ਸਫਾਈ ਕਰਾਂਗੇ ਕਿਸੇ ਦਿਨ। ਇਹ ਸਾਰੀ ਮੇਥੀ ਨਿਕਲੀ ਹੋਈ ਆ, ਮੇਥੀ ਵੀ ਬਹੁਤ ਵਧੀਆ ਜਿਹੜੀ ਉਹ ਨਿਕਲ ਗਈ ਆ। ਅਤੇ ਜਿਹੜੀ ਪਿਛਲੀ ਸਾਈਡ 'ਤੇ ਇੱਧਰਲੀ ਕਿਆਰੀ, ਇਹ 'ਚ ਆਪਾਂ ਧਨੀਆ ਲਾਇਆ ਸੀ, ਉਹ ਵੀ ਅਜੇ ਨਿਕਲਿਆ ਨਹੀਂ, 4 ਕੁ ਦਿਨ ਹੋਏ ਲਾਏ। ਵੈਸੇ ਕਹਿੰਦੇ 21 ਦਿਨ ਲੱਗਦੇ ਨੇ ਧਨੀਆ ਨਿਕਲਣ ਨੂੰ। ਇਹ ਵਿੱਚ ਇੱਕ ਪਪੀਤਾ, ਇਹ ਵੀ ਆਪਣੇ ਆਪ ਹੀ ਉੱਗਿਆ ਜੀ। ਦੇਖੋ ਜਿਹੜੇ ਫਰੂਟ ਆ, ਚਾਹੇ ਜ਼ਿਆਦਾਤਰ ਸਬਜ਼ੀਆਂ ਜਿਹੜੀਆਂ ਆਪਣੇ ਆਪ ਸਾਡੇ ਗਾਰਡਨ 'ਚ ਉੱਗੀਆਂ ਹੋਈਆਂ, ਕਿਉਂਕਿ ਜਿਹੜਾ ਆਪਾਂ ਕਿਚਨ ਦਾ ਵੇਸਟ ਪਾਉਂਦੇ ਨਾ ਉਹਦੇ ਬੀਆਂ ਕਰਕੇ ਜਿਹੜਾ ਆਪਣੇ ਆਪ ਉੱਗਦੀਆਂ। ਦੇਖੋ ਮੇਥੇ, ਇਹ ਕੁਛ ਤਿਆਰ ਕਿਆਰੀਆਂ ਜਿਹੜੀਆਂ ਆਪਾਂ ਪਹਿਲਾਂ ਤਿਆਰ ਕਰ ਲਈਆਂ ਸੀ ਅਤੇ ਕੁਛ ਹੋਈਆਂ ਮਗਰੋਂ ਤਿਆਰ। ਅਤੇ ਵੈਸੇ ਵੀ ਸਬਜ਼ੀਆਂ ਦਾ ਜਿਵੇਂ ਟਾਈਮ ਹੁੰਦਾ, ਜਿਵੇਂ ਉਹਨੂੰ ਧਨੀਆ ਨੂੰ 21 ਦਿਨ ਲੱਗਣਗੇ। ਮੇਥੇ ਦੇਖੋ ਬਹੁਤ ਸੋਹਣੇ ਹੋਏ ਆ, ਇਹ ਦੇਖੋ ਇਹ ਬਹੁਤ ਸੋਹਣੇ ਲੱਗਣ ਦੇ ਮੇਥੇ, ਸਾਰੇ ਬਹੁਤ ਵਧੀਆ ਹੋ ਗਏ ਸਾਰੀ ਕਿਆਰੀ ਦੇ ਵਿੱਚ ਮੇਥੇ। ਅਤੇ ਇੱਧਰਲੀ ਸਾਈਡ 'ਤੇ ਦੇਖੋ ਆਪਾਂ ਲਾਈ ਹੈ ਜੀ ਇਸ ਕਿਆਰੀ ਵਿੱਚ ਪੂਰੀ ਸਰੋਂ, ਜਿਹਨੂੰ ਸਰੋਂ ਦਾ ਸਾਗ ਕਹਿੰਦੇ ਆਪਾਂ, ਇਹ ਸਰੋਂ ਦਾ ਸਾਗ, ਇਹ ਵੀ ਬਹੁਤ ਵਧੀਆ ਨਿਕਲਿਆ। ਬਾਕੀ ਉੱਧਰ ਸਾਰੇ ਬਾਹਰ ਤੁਹਾਨੂੰ ਪਤਾ ਹੀ ਹੈ, ਜਿਵੇਂ ਤੁਸੀਂ ਪਹਿਲਾਂ ਮੇਰੀ ਫੈਮਿਲੀ ਸਾਰੀ ਵੇਖ ਚੁੱਕੇ ਹੋ ਮੇਰੇ ਗਾਰਡਨ ਨੂੰ, ਵੀ ਇੱਧਰ ਸਭ ਬੈਂਗਣ ਹੀ ਨੇ। ਇਹ ਜਿਹੜੇ ਉਹ 4-5 ਬੂਟੇ ਆ ਉਹ ਅਸੀਂ ਲਿਆ ਕੇ ਲਿਆਏ ਸੀ, ਬਾਕੀ ਸਾਰੇ ਬੈਂਗਣ ਜਿਹੜੇ ਉਹ ਸਾਡੇ ਆਪਣੇ ਆਪ ਹੀ ਉੱਗੇ ਆ, ਚਾਹੇ ਇੱਧਰਲੀ ਲਿਆ ਕੇ ਲਾਏ ਸੀ ਅਸੀਂ। ਅਤੇ ਇਹ ਆ ਜੀ ਸਾਡਾ ਨਿੱਕਾ ਜਿਹਾ ਕਿਚਨ ਗਾਰਡਨ, ਅਤੇ ਅੱਜ ਇਹਦੀ ਸਬਜ਼ੀ ਦੀ ਤੁੜਾਈ ਹੋ ਰਹੀ ਆ। ਇਹ ਜੀ ਜਿਹੜੀ ਅੱਜ ਦੀ ਆਪਾਂ ਸਬਜ਼ੀ ਦੀ ਤੁੜਾਈ ਕੀਤੀ ਆਪਣੇ ਗਾਰਡਨ 'ਚੋਂ, ਖੁਸ਼ੀ ਬਹੁਤ ਹੁੰਦੀ ਦੇਖ ਕੇ। ਇਹ ਆ ਤੋਰੀਆਂ, ਲੌਕੀ, ਕੁਛ ਲੌਕੀ ਅਤੇ ਤੋਰੀ ਆਪਾਂ ਪਿਛਲੀ ਸਾਈਡ ਤੋਂ ਬਾਹਰੋਂ ਜਾ ਕੇ ਲੈ ਕੇ ਆਉਂਦੇ, ਕਿਉਂਕਿ ਵੱਲਾਂ ਜਿਹੜੀਆਂ ਉਹ ਬਾਹਰ ਨੂੰ ਨਿਕਲ ਗਈਆਂ ਨੇ। ਇਹ ਆ ਜੀ ਲੰਬੇ ਬੈਂਗਣ, ਜਿਹਨੂੰ ਬੈਂਗਣੀ ਵੀ ਬੋਲਦੇ ਆ, ਅਤੇ ਇਹ ਹੈਗੇ ਜੀ ਹਰੇ ਬੈਂਗਣ, ਇਹ ਦੇਖੋ। ਅਤੇ ਇਹ ਆ ਜੀ ਗੋਲ ਬੈਂਗਣ, ਇਹ ਆਪਾਂ ਤੁਹਾਨੂੰ ਸਾਰੇ ਆਪਣੇ ਲਾਈਵ ਹੁਣੇ ਗਾਰਡਨ ਦੇ ਵਿੱਚੋਂ ਤੋੜੇ ਆ। ਅਤੇ ਇਹਨਾਂ ਦਾ ਬਣਾਵਾਂਗੇ ਭੜਥਾ, ਅਤੇ ਇਹ ਬਣਾਵਾਂਗੇ ਭਰਮਾ ਸਬਜ਼ੀ। ਕਿਹੜੀ ਕਿਹੜੀ ਕਿੱਦਾਂ ਬਣਦੀ ਉਹ ਆਪਾਂ ਸਾਰੀ ਤੁਹਾਨੂੰ ਵੀਡੀਓ 'ਚ ਦਿਖਾਈ ਦੇਣੀ ਆ, ਵੀ ਅੱਜ ਅਸੀਂ ਆਹ ਬਣਾ ਰਹੇ ਹਾਂ ਅਤੇ ਅੱਜ ਅਸੀਂ ਆਹ। ਇਹ ਦੇਖੋ ਜੀ ਨਿੱਕੀ ਜੀ ਸਬਜ਼ੀ ਦੀ ਦੁਕਾਨ ਲੱਗੀ ਹੈ ਮੇਰੀ, ਬਹੁਤ ਖੁਸ਼ੀ ਹੋ ਰਹੀ ਆ ਵੀ ਇਹ ਸਾਡੀ ਮਿਹਨਤ ਦਾ ਫਲ ਆ, ਵੀ ਜਿਹੜੀ ਆਪਾਂ ਇਹਨਾਂ ਤੋਂ ਰੇਹ ਸਪਰੇਅ ਨਹੀਂ, ਜਿਵੇਂ ਕਹਿੰਦੇ ਬੈਂਗਣ ਨੂੰ ਖਾਣ ਨੂੰ ਮਨ ਤਾਂ ਕਰਦਾ ਵਾ ਪਰ ਡਰ ਲੱਗਦਾ ਵੀ ਇਹਨੂੰ ਸਪਰੇਅ, ਸਭ ਤੋਂ ਵੱਧ ਜਿਹੜੀ ਬੈਂਗਣ ਨੂੰ ਸਪਰੇਅ ਹੁੰਦੀ ਆ। ਬਟ ਅੱਜ ਜਿਹੜੀ ਅਸੀਂ ਅੱਖਾਂ ਬੰਦ ਕਰਕੇ ਵੀ ਖਾ ਸਕਦੇ ਹਾਂ ਵੀ ਨਹੀਂ ਇਹ ਸਾਡੇ ਘਰ ਦੇ ਆ, ਇਹਨਾਂ ਨੂੰ ਦੇਖਾਂਗੇ ਪਹਿਲਾਂ ਜਿਹੜਾ ਚੀਜ਼ ਨੂੰ, ਜਿਵੇਂ ਕੀੜਾ ਕੂੜਾ ਜੇ ਕੋਈ ਲੱਗਾ ਤਾਂ ਮੰਨ ਲਓ ਉੱਤੇ ਸਪਰੇਅ ਨਹੀਂ ਹੋਈ, ਚੀਜ਼ ਥੋੜ੍ਹੀ ਚੰਗੀ ਹੁੰਦੀ ਹੋ, ਅਤੇ ਆਪਾਂ ਉਹ ਥੋੜ੍ਹਾ ਜਿਹਾ ਧਿਆਨ ਨਾਲ ਵੇਖ ਕੇ ਵੀ ਜਿਹੜਾ ਖਰਾਬ ਆ ਬੈਂਗਣ ਨੂੰ ਕੱਢ ਕੇ ਅਤੇ ਬਾਕੀ ਇਹਦੀ ਸਬਜ਼ੀ ਸਾਰੀ ਬਣਾਵਾਂਗੇ। ਅਤੇ ਵੈਸੇ ਤੁਸੀਂ ਵੀ ਸਾਰੇ ਥੋੜ੍ਹੀ ਜਿਹੀ ਨਿੱਕੀ ਨਿੱਕੀ ਕੋਸ਼ਿਸ਼ ਕਰਿਆ ਕਰੋ, ਜਿਵੇਂ ਤੁਸੀਂ ਕਹੋ ਵੀ ਤੁਹਾਡੇ ਕੋਲ ਤਾਂ ਜਗ੍ਹਾ ਹੈਗੀ ਆ ਜੀ ਤੁਸੀਂ ਬੀਜ ਲਿਆ, ਬਟ ਗਮਲਿਆਂ ਦੇ ਵਿੱਚ ਵੀ ਕਈ ਦੇਖੋ ਜੀ ਯੂਟਿਊਬ 'ਤੇ ਦੇਖ ਲਓ, ਗੂਗਲ 'ਤੇ ਸਰਚ ਕਰ ਲਓ, ਅੱਜ ਕੱਲ੍ਹ ਲੋਕਾਂ ਦੇ ਘਰਾਂ 'ਚ ਜਾ ਕੇ ਦੇਖੋ ਲੋਕਾਂ ਨੇ ਗਮਲਿਆਂ ਦੇ ਵਿੱਚ ਹੀ ਇੱਕ ਇੱਕ ਗਮਲਾ ਰੱਖ ਕੇ ਉਹਦੇ ਵਿੱਚ ਗੋਭੀ ਦਾ ਫੁੱਲ ਲਾਇਆ, ਕਿਸੇ ਨੇ ਸ਼ਲਗਮ ਲਾਇਆ, ਜਿਵੇਂ ਬੈਗ ਜੇ ਮਿਲ ਜਾਂਦੇ ਅੱਜ ਕੱਲ੍ਹ ਬੂਟੇ ਲਾਉਣ ਵਾਸਤੇ, ਉਹਨਾਂ ਦੇ ਵਿੱਚ ਵੀ ਸਾਰਾ ਕੁਛ ਉਹਨਾਂ ਲਾਇਆ। ਬਟ ਇਹਨਾਂ ਵੀ ਥੋੜ੍ਹੀ ਜਿਹੀ ਇਹਨਾਂ
ਚੀਜ਼ਾਂ ਉੱਤੇ ਮਿਹਨਤ ਕਰਨੀ ਪੈਂਦੀ ਹੈ ਅਤੇ ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਆ ਜੀ ਉਹ ਦਿਲ 'ਚ ਪਹਿਲਾਂ ਰੀਝ ਹੋਣੀ ਚਾਹੀਦੀ ਆ ਵੀ ਇਹ ਜਿਹੜੀ ਚੀਜ਼ ਆ ਮੈਂ ਲਾਉਣੀ ਆ, ਫਿਰ ਜਗ੍ਹਾ ਦਾ ਵੀ ਨਹੀਂ ਕੋਈ ਮਕਸਦ, ਫਿਰ ਗਮਲੇ ਦਾ ਵੀ ਨਹੀਂ, ਕਈਆਂ ਲੋਕਾਂ ਨੇ ਤਾਂ ਬੋਤਲਾਂ ਕੱਟ ਕੱਟ ਕੇ ਤੁਹਾਨੂੰ ਪਤਾ ਵੀ ਉਹਨਾਂ ਦੇ ਵਿੱਚ ਫੁੱਲ ਬੂਟੇ ਲਾਏ ਹੁੰਦੇ, ਜਿਵੇਂ ਅੱਜ ਕੱਲ੍ਹ ਆਮ ਹੀ ਸਾਰੇ ਦੇਖਦੇ ਹੋ ਤੁਸੀਂ ਵੀ ਹਰੇਕ ਜਿਹੜੀ ਪਲੇਸ 'ਤੇ ਲੱਗੀਆਂ ਹੁੰਦੀਆਂ ਬੋਤਲਾਂ ਕੱਟੀਆਂ, ਚਾਹੇ ਡੱਬਿਆਂ ਨੂੰ ਡਿਜ਼ਾਇਨਿੰਗ ਬਣਾ ਬਣਾ ਕੇ ਉਹਨਾਂ ਗਮਲੇ ਜਿਹੜੇ ਬਣਾ ਬਣਾ ਕੇ ਉਹਨਾਂ ਵਿੱਚ ਚੀਜ਼ਾਂ ਲਾਈਆਂ ਹੁੰਦੀਆਂ, ਅਤੇ ਇਹ ਆਪਾਂ ਜਿਹੜੀ ਸਾਰੀਆਂ ਹੀ ਲੋੜੀਦੀਆਂ ਚੀਜ਼ਾਂ ਹੀ ਆਪਾਂ ਲਾਈਆਂ, ਜਿਵੇਂ ਸ਼ਲਗਮ, ਮੂਲੀ, ਪਾਲਕ, ਮੇਥੀ, ਸਾਰਾ ਕੁਛ ਆਪਾਂ ਆਪਦਾ ਘਰੇ ਹੀ ਲਾਇਆ ਹੈਗਾ, ਅਤੇ ਨਾਲ ਹੀ ਆਪਣਾ ਉੱਧਰਲੀ ਸਾਈਡ 'ਤੇ ਤੁਸੀਂ ਵੇਖ ਸਕਦੇ ਹੋ ਸੁਹੰਜਣਾ ਵੀ ਲੱਗਾ ਹੈ, ਇਹਨੂੰ ਐਰਕੀ ਤਾਂ ਨਹੀਂ ਫਲੀ ਪਈ, ਸ਼ਾਇਦ ਅਗਲੇ ਸਾਲ ਇਹਨੂੰ ਫਲੀ ਪੈ ਜੇ, ਬਟ ਇਹਨੇ ਆਪਾਂ ਪੱਤਿਆਂ ਦਾ ਹੀ ਜਿਹੜਾ ਆਪਾਂ ਯੂਜ਼ ਕਰਦੇ ਹਾਂ ਹਰੇਕ ਸਬਜ਼ੀ ਦੇ ਵਿੱਚ, ਇਹਦੇ ਬੈਨੀਫਿਟ ਬਹੁਤ ਨੇ, ਆਪਾਂ ਪਹਿਲਾਂ ਵੀ ਦੱਸਿਆ ਕਈ ਵਾਰੀ ਤੁਹਾਨੂੰ, ਅਸੀਂ ਆਮ ਹੀ ਮੈਂ ਤੁਹਾਨੂੰ ਵੀਡੀਓ 'ਚ ਵੀ ਵੈਸੇ ਦੱਸਿਆ, ਵੈਸੇ ਵੀ ਤੁਸੀਂ ਗੂਗਲ 'ਤੇ ਸਰਚ ਮਾਰ ਕੇ ਦੇਖੋਗੇ ਨਾ ਵੀ ਡਰਮ ਸਟਿਕ ਭਰ ਲਓ, ਚਾਹੇ ਤੁਸੀਂ ਸੁਹੰਜਣਾ ਭਰ ਲਓ, ਚਾਹੇ ਸਹਿਜਨ, ਚਾਹੇ ਮੋਰਿੰਗਾ, ਇਹਦੇ ਕਈ ਨਾਂ ਨੇ, ਅਤੇ ਤੁਸੀਂ ਉਹ ਭਰ ਕੇ ਉਹਦੇ ਬੈਨੀਫਿਟ ਵੇਖੋ ਵੀ ਬਹੁਤ ਹੀ ਜ਼ਿਆਦਾ, ਇਹਦੇ ਜੜ੍ਹ ਤੋਂ ਲੈ ਕੇ ਪੱਤੇ ਤੱਕ ਜਿਹੜੇ ਇਹਦੇ ਬਹੁਤ ਜ਼ਿਆਦਾ ਫਾਇਦੇ ਆਪਣੇ ਸਰੀਰ ਨੂੰ, ਵੀ ਹਰ ਇੱਕ ਬਿਮਾਰੀ ਵਾਸਤੇ ਠੀਕ ਆ, ਕੈਂਸਰ ਵਾਸਤੇ ਅਤੇ ਖਾਸ ਕਰਕੇ ਜਿਹਦੇ ਕਰਕੇ ਆਪਾਂ ਇਹ ਸਾਰਾ ਕੁਛ ਇਹਨਾਂ ਨੂੰ ਘਰੇ ਲਾਇਆ ਹੈ। ਬਾਕੀ ਇਹਦੇ ਵਿੱਚ ਆਪਾਂ ਗਾਰਡਨ 'ਚ ਪਹਿਲਾਂ ਤੁਹਾਨੂੰ ਆਪਾਂ ਤੋੜ ਤੋੜ ਵਿਖਾਉਂਦੇ ਰਹੇ ਵੀ ਜਿਵੇਂ ਗਵਾਰ ਦੀ ਫਲੀ ਵੀ ਸੀ ਆਪਣੀ, ਜਿਹੜੀ ਬੀਨਸ ਵੀ ਇਹਦੇ ਵਿੱਚ ਆਪਾਂ ਲਾਈਆਂ ਸੀਗੀਆਂ, ਫਿਰ ਇੱਕ ਚੌਲੇ ਦੀਆਂ ਫਲੀਆਂ ਹੁੰਦੀਆਂ ਉਹ ਵੀ ਆਪਾਂ ਲਾਈਆਂ ਸਾਰੀਆਂ, ਇਹ ਤਾਂ ਹੋ ਗਈਆਂ ਜੀ ਸਬਜ਼ੀਆਂ, ਜਿਵੇਂ ਅਰਬੀ, ਕੱਦੂ ਵਗੈਰਾ ਸਾਰੇ ਆਪਾਂ ਲਾਏ ਸੀਗੇ ਘਰੇ, ਅਤੇ ਬਹੁਤ ਮੌਜ ਰਹੀ ਆ, ਅਤੇ ਖਾਸ ਕਰਕੇ ਤੁਸੀਂ ਪੰਪਕਿਨ ਜਿਹਨੂੰ ਹਲਵਾ ਕੋਈ ਬੋਲਦੇ ਅਤੇ ਕੋਈ ਉਹਨੂੰ ਬੋਲਦਾ ਕੱਦੂ ਅਤੇ ਕੋਈ ਬੋਲਦਾ ਉਹਨੂੰ ਪੇਠਾ, ਉਹਨੇ ਨੇ ਤਾਂ ਸਾਡੀ ਧੰਨ ਧੰਨ ਕਰਾਤੀ, ਅਤੇ ਆਂਢ ਗੁਆਂਢ ਨੂੰ ਵੀ ਆਪਾਂ ਵੰਡ ਕੇ ਦਿੱਤਾ, ਜਿਵੇਂ ਵੀ ਖੁਸ਼ੀ ਹੁੰਦੀ ਜਦੋਂ ਆਪਣੀ ਕੋਈ ਚੀਜ਼ ਤੋੜ ਕੇ ਆਪਾਂ ਕਿਸੇ ਨੂੰ ਦਈਏ, ਹੁਣ ਇੰਨੀ ਸਬਜ਼ੀ ਆਪਾਂ ਕਿਹੜੀ ਘਰੇ ਖਾ ਲੈਣੀ ਆ, ਇਹ ਵੀ ਅਸੀਂ ਆਂਢ ਗੁਆਂਢ ਦੇ ਇੱਦਾਂ ਵੰਡ ਦੇਣੀ ਆ ਵੀ ਚਾਹੇ ਉਹਨਾਂ ਨੂੰ ਦੇ ਦੇਣੀ ਆ ਵੀ ਤੁਸੀਂ ਇਹ ਲੈ ਲਓ, ਜਿਹੜੀ ਜਿਹੜੀ ਕਿਸੇ ਨੂੰ ਪਸੰਦ ਆ ਉਹਨੇ ਅਗਲੇ ਨੇ ਉਹ ਲੈ ਲੈਣੀ ਆ, ਅਤੇ ਬਹੁਤ ਖੁਸ਼ੀ ਹੁੰਦੀ ਆਪਾਂ ਜਦੋਂ ਇੱਦਾਂ ਕਿਸੇ ਨੂੰ ਆਪਣੇ ਗਾਰਡਨ ਦੀ ਬਣੀ ਚੀਜ਼ ਦਿੰਦੇ ਹਾਂ, ਤੋੜ ਕੇ ਦਿੰਦੇ ਹਾਂ ਵੀ ਇਹ ਸਾਡੇ ਗਾਰਡਨ 'ਚ ਉੱਗੀ ਆ ਜੀ। ਅਤੇ ਹੁਣ ਬਾਕੀ ਰਹਿ ਗਏ ਜੀ ਫਲ, ਫਲ ਆਪਾਂ ਇਹਦੇ ਵਿੱਚ ਲਾਏ, ਜਿਵੇਂ ਅਮਰੂਦ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂ, ਜਿਵੇਂ ਅਮਰੂਦ ਉੱਗੇ ਨੇ ਇੱਦਾਂ ਹੀ ਆਪਣੇ ਅੰਬ ਵੀ ਉੱਗੇ ਨੇ ਇੱਕ ਦੋ, ਅਤੇ ਉਹ ਆਪਾਂ ਫਿਰ ਹੁਣ ਵੀਡੀਓ ਲੰਬੀ ਹੋ ਜਾਣੀ ਸਾਰੇ ਗਾਰਡਨ ਦਾ ਉੱਧਰਲੀ ਸਾਈਡ ਤੋਂ ਆਪਾਂ ਵਿਖਾਵਾਂਗੇ। ਬਾਕੀ ਤੁਹਾਨੂੰ ਵੈਸੇ ਆਪਾਂ ਦੱਸ ਦਿੰਦੇ ਵੀ ਇਹਦੇ ਵਿੱਚ ਆਪਾਂ ਅੰਬ ਦੋ ਤਿੰਨ ਤਰ੍ਹਾਂ ਦੇ ਅੰਬ ਲੱਗੇ ਹੋਏ ਨੇ, ਜਿਵੇਂ ਗੋਲ ਵੀ ਨੇ, ਲੰਬੇ ਵੀ ਨੇ, ਦੁਸ਼ਹਿਰੀ ਅੰਬ ਜਿਨ੍ਹਾਂ ਨੂੰ ਕਹਿੰਦੇ ਆ, ਅਤੇ ਨਾਲ ਲੱਗੇ ਜੀ ਆਪਣੇ ਇਹਦੇ ਵਿੱਚ ਪਪੀਤਾ, ਨਾਲ ਅਮਰੂਦ, ਨਾਲ ਲੀਚੀ, ਨਾਲ ਮਾਲਟ ਜਿਹਨਾਂ ਨੂੰ ਮੌਸੰਮੀ ਵਾਂਗੂ ਹੁੰਦਾ ਉਹ ਲੱਗਿਆ ਜੀ, ਨਾਲ ਜਿਹੜਾ ਆਲੂ ਬੁਖਾਰਾ ਜਿਹਨੂੰ ਆਪਾਂ ਪੰਜਾਬੀ 'ਚ ਬੋਲਦੇ ਹਾਂ ਉਹ ਲੱਗੇ ਆ, ਨਾਲ ਹੀ ਆਪਾਂ ਲਾਇਆ ਚੀਕੂ, ਜਿਹੜੇ ਆ ਅੰਬ ਅਤੇ ਅਮਰੂਦ ਇਹ ਤਾਂ ਆਪਣੇ ਆਪ ਹੀ ਗਾਰਡਨ 'ਚ ਆਪਣੇ ਬਹੁਤ ਉੱਗੇ ਆ, ਜਦੋਂ ਨਿਕਲਣਗੇ ਫਿਰ ਵੇਖਾਂਗੇ ਵੀ ਕਿਹੜੇ ਕੁਛ ਜਿਹੜੇ ਫਲਾਂ ਦੇ ਬੂਟੇ ਆਪਣੇ ਆਪ ਸਾਡੇ ਗਾਰਡਨ 'ਚ ਉੱਗੇ, ਅਤੇ ਕੁਛ ਆਪਾਂ ਜਿਹੜੇ ਲਿਆਉਂਦੇ ਨੇ 10-12 ਬੂਟੇ ਉਹ ਆਪਾਂ ਮੁੱਲ ਵੀ ਲਿਆ ਕੇ ਲੈਂਦੇ ਨੇ, ਜਿਵੇਂ ਅੱਜ ਕੱਲ੍ਹ ਰਿਵਾਜ਼ ਤੁਹਾਨੂੰ ਪਤਾ ਹਾਈਬ੍ਰਿਡ ਦਾ ਵੀ ਇਹਨੂੰ ਛੇਤੀ ਫਲ ਪੈ ਜਾਂਦਾ, ਔਲੇ ਤੱਕ ਆਪਾਂ ਜਿਹੜੇ ਸਾਰਾ ਕੁਛ ਇੱਥੇ ਲਾਇਆ ਆ, ਔਲਾ ਹੋਇਆ, ਪਰੀਜਾਤ ਹੋਇਆ, ਪਰੀਜਾਤ ਵੀ ਸੁਹੰਜਣੇ ਵਾਂਗੂ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ। ਜ਼ਿਆਦਾਤਰ ਆਪਾਂ ਜਿਹੜੇ ਬੂਟੇ ਲਾਏ ਨੇ ਇੱਥੇ ਸਾਰੇ ਇੱਕ ਤਾਂ ਫਲਾਂ ਵਾਲੇ ਖਾਣ ਵਾਲੇ, ਚਾਹੇ ਉਹਨਾਂ ਦੇ ਫਾਇਦੇ ਸਬਜ਼ੀਆਂ ਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਦੇ ਫਾਇਦੇ ਆ, ਹੁਣ ਤਾਂ ਸਬਜ਼ੀਆਂ ਦਾ ਹੁਣ ਜਿਹੜਾ ਰਾਜਾ ਉਹਨੂੰ ਬੈਂਗਣ ਨੂੰ ਹੀ ਮੰਨਿਆ ਜਾਂਦਾ, ਸਭ ਤੋਂ ਬੈਸਟ ਜਿਹੜੀ ਸਬਜ਼ੀ ਆ ਉਹ ਬੈਂਗਣ ਹੀ ਮੰਨਿਆ ਜਾਂਦਾ ਵਾ, ਵੀ ਜਿਹੜੀ ਬੈਂਗਣ ਦੀ ਸਬਜ਼ੀ ਹੈ, ਜਿਵੇਂ ਉਹਨਾਂ ਕਿਹਾ ਸੀ ਜਿੰਨੀ ਡਾਰਕ ਚੀਜ਼ ਹੋਵੇ ਨਾ ਉਹ ਜਿਹੜੀ ਆਪਣੇ ਸਰੀਰ ਵਾਸਤੇ ਸਭ ਤੋਂ ਜ਼ਿਆਦਾ ਫਾਇਦੇਮੰਦ ਆ, ਵੀ ਸਭ ਤੋਂ ਡਾਰਕ ਹੈ ਜਿਹੜੀ ਸਬਜ਼ੀ ਆ ਬੈਂਗਣ ਹੀ ਹੁੰਦੀ ਆ, ਅਤੇ ਇਹਨੂੰ ਜਿਹੜਾ ਆਪਾਂ ਖਾਵਾਂਗੇ ਮੱਕੀ ਦੀ ਰੋਟੀ ਦੇ ਨਾਲ ਹੀ, ਕਿਉਂਕਿ ਉਹਦੇ ਨਾਲ ਹੀ ਇਹਦਾ ਮੇਲ ਆ, ਕਣਕ ਦੀ ਰੋਟੀ ਨਾਲ ਇਹਦਾ ਕੋਈ ਮੇਲ ਨਹੀਂ ਆ, ਅਤੇ ਇਹਨੇ ਫਾਇਦਾ ਤਾਂ ਹੀ ਆਪਣੀ ਬੋਡੀ ਨੂੰ ਕਰਨਾ ਜੇ ਆਪਾਂ ਇਹਦਾ ਜਿਹੜਾ ਸਹੀ ਮੇਲ ਕਰਾਂਗੇ। ਅਤੇ ਇਹ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਜੀ ਕਿ ਤੁਹਾਨੂੰ ਸਾਡੀ ਇਹ ਸਾਰੀ ਸਬਜ਼ੀ ਅਤੇ ਗਾਰਡਨ ਦੀ ਵੀਡੀਓ ਕਿੱਦਾਂ ਦੀ ਲੱਗੀ, ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਦੱਬ ਕੇ ਕਰ ਦਿਓ, ਜਿਹੜੇ ਮੇਰੇ ਚੈਨਲ 'ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕੁਐਸਟ ਆ ਜੀ ਮੇਰੇ ਚੈਨਲ ਰੂਪਲੋਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ, ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ। ਬਾਕੀ ਮੇਰੇ ਇਸ ਚੈਨਲ 'ਤੇ ਇਸ ਤੋਂ ਇਲਾਵਾ ਤੁਸੀਂ ਜਾ ਕੇ ਹੋਰ ਦੇਖ ਸਕਦੇ ਹੋ ਵੀ ਆਪਾਂ ਘਰੇਲੂ ਚੀਜ਼ਾਂ ਹੀ ਜਿਹੜੀਆਂ ਟ੍ਰਡੀਸ਼ਨਲ ਤਰੀਕੇ ਨਾਲ ਟ੍ਰਡੀਸ਼ਨਲ ਭਾਂਡੇ ਵਰਤ ਕੇ ਚੁੱਲ੍ਹੇ ਨੂੰ ਵਰਤ ਕੇ ਅਤੇ ਆਪਾਂ ਕਿਵੇਂ ਘਰੇ ਅਨਾਜ ਧੋਣਾ, ਘਰੇ ਆਪਾਂ ਪੀਸਦੇ ਹਾਂ, ਸਾਰਾ ਕੁਛ ਆਪਾਂ ਘਰੇ ਉਹਨਾਂ ਚੀਜ਼ਾਂ ਨੂੰ ਤਿਆਰ ਕਰਦੇ ਹਾਂ, ਜਿਵੇਂ ਜਲੇਬੀਆਂ ਵਗੈਰਾ ਤੱਕ ਆਪਾਂ ਬਰਫੀ ਸਾਰਾ ਕੁਛ ਆਪਾਂ ਜਿਹੜੀ ਘਰੇ ਬਣਾਉਂਦੇ ਹਾਂ, ਕਿਉਂਕਿ ਜਦੋਂ ਬਾਹਰੋਂ ਆਪਾਂ ਖਾਵਾਂਗੇ ਨਾ ਅਤੇ ਉਹਦੇ ਨਾਲ ਆਪਾਂ ਬਿਮਾਰ ਹੋਵਾਂਗੇ। ਬਾਕੀ ਇਹ 'ਤੇ ਤੁਹਾਨੂੰ ਸਾਡੇ ਚੈਨਲ 'ਤੇ ਚੁੱਲ੍ਹੇ ਤਿਆਰ ਕਰਨ ਦੀ ਵੀਡੀਓ, ਬਾਕੀ ਤੰਦੂਰ 'ਤੇ ਰੋਟੀ ਲਾਉਣੀ ਸਾਰਾ ਕੁਛ ਆਪਾਂ ਤੁਹਾਨੂੰ ਦੱਸਾਂਗੇ ਇਸ ਚੈਨਲ 'ਤੇ। ਆਪਣੇ 'ਤੇ ਤੁਹਾਨੂੰ ਇਹ ਵੀ ਵੀਡੀਓ ਮਿਲ ਜੂਗੀ ਵੀ ਜਿਹੜੇ ਪਿੱਤਲ ਦੇ ਭਾਂਡਿਆਂ ਨੂੰ ਆਪਾਂ ਕਿਵੇਂ ਘਰੇਲੂ ਗੈਸ ਦੇ ਉੱਤੇ ਕਲੀ ਕੀਤਾ ਵਾ, ਉਹ ਘਰੇ ਆਪਣੇ ਆਪ ਕੀਤਾ। ਲੋਕ ਜ਼ਿਆਦਾਤਰ ਇਸ ਚੀਜ਼ ਤੋਂ ਪਿੱਤਲ ਦੇ ਭਾਂਡਿਆਂ ਤੋਂ ਡਰਦੇ ਨੇ ਵੀ ਇਹ ਜਿਹੜੇ ਵਾਸ਼ ਨਹੀਂ ਹੁੰਦੇ ਅਤੇ ਚਾਹੇ ਕਲੀ ਨਹੀਂ ਹੁੰਦੇ, ਜੇ ਹੁੰਦੇ ਤਾਂ ਬਾਹਰੋਂ ਬਹੁਤ ਮਹਿੰਗੇ ਹੁੰਦੇ ਆ। ਦੇਖੋ ਤੁਸੀਂ ਇਹਨਾਂ ਨੂੰ ਇਸਤੇਮਾਲ ਕਰੋ, ਇਹਨਾਂ ਦੇ ਬਹੁਤ
ਅਸੀਂ ਕੁੱਕਰ ਨਾ ਵਰਤੋਂ। ਆਪਾਂ ਲੋਹੇ ਦੇ ਬਰਤਨ ਜਿਵੇਂ ਸਰਬ ਲੋਹੇ ਦੇ ਬਰਤਨ ਦੀ ਵੀਡੀਓ ਪਾਈ ਆਪਾਂ, ਉਸ 'ਤੇ ਕਮੈਂਟ ਆਇਆ ਜੀ ਤੁਸੀਂ ਦੱਸੋ ਕਿੱਥੋਂ ਲੈ ਕੇ ਆਏ। ਫਿਰ ਆਪਾਂ ਉਹ ਵੀ ਸਾਰੀ ਵੀਡੀਓ ਤੁਹਾਨੂੰ ਦਿਖਾਈ ਆ, ਜਿਹੜੇ ਨਵੇਂ ਉਹਨਾਂ ਨੂੰ ਲੋਹੇ ਦੇ ਬਰਤਨ ਤਿਆਰ ਕੀਤੇ ਆਪਾਂ ਉਹ ਵੀ ਸਾਰੇ ਚੈਨਲ 'ਤੇ ਤੁਹਾਨੂੰ ਦਿਖਾਏ ਨੇ। ਹੁਣ ਉਹਦੇ ਵਿੱਚ ਕਮੈਂਟ ਆ ਰਿਹਾ ਸੀ ਮੈਡਮ ਇਹ ਲੋਹੇ ਦੇ ਕੁੱਕਰ ਤਿਆਰ ਕਰਦੇ ਨੇ, ਕੋਈ ਕਹਿੰਦਾ ਮੈਡਮ ਅਸੀਂ ਪਿੱਤਲ ਦਾ ਕੁੱਕਰ ਵਰਤ ਸਕਦੇ ਹੋ। ਦੇਖੋ ਕੁੱਕਰ ਤਾਂ ਬਹੁਤ ਹੀ ਜ਼ਿਆਦਾ ਆਪਣੇ ਵਾਸਤੇ ਹਾਨੀਕਾਰਕ ਹੈ, ਬਾਕੀ ਜਿਹੜੇ ਲੋਕ ਵਰਤਦੇ ਆਪਾਂ ਉਹਨਾਂ ਨੂੰ ਰੋਕ ਨਹੀਂ ਸਕਦੇ। ਦੇਖੋ ਉਹਦੇ ਵਿੱਚ ਜਿਹੜੇ ਜਿੰਨੇ ਵੀ ਉਹਦੇ ਵਿੱਚ ਵਿਟਾਮਿਨ ਹੁੰਦੇ ਆ ਆਪਣੀ ਸਬਜ਼ੀ ਦੇ ਵਿੱਚ, ਉਹ ਕੁੱਕਰ ਜਿਹੜਾ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਤੋੜ ਦਿੰਦਾ ਵਾ, ਉਹ ਆਪਣੇ ਤੱਕ ਪੂਰੇ ਬੋਡੀ ਤੱਕ ਪਹੁੰਚ ਨਹੀਂ ਸਕਦੇ। ਇਸ ਕਰਕੇ ਮੈਂ ਕਹੂੰਗੀ ਵੀ ਕੁੱਕਰ ਤਾਂ ਤੁਸੀਂ ਨਾ ਵਰਤੋ, ਬਸ ਤੁਸੀਂ ਤੌੜੀ ਕੜਾਹੀ ਅਤੇ ਚਾਹੇ ਤੁਸੀਂ ਜਿਹੜੇ ਪਤੀਲੇ ਇਹਨਾਂ ਦੇ ਵਿੱਚ ਸਬਜ਼ੀਆਂ ਬਣਾ ਸਕਦੇ ਹੋ। ਪਹਿਲਾਂ ਕਿਤੇ ਕੁੱਕਰ ਨਹੀਂ ਹੁੰਦੇ ਸੀ ਅਤੇ ਲੋਕ ਚੀਜ਼ ਨਹੀਂ ਖਾਂਦੇ ਸੀਗੇ, ਬਸ ਇੱਕ ਵਹਿਮ ਹੁੰਦਾ ਵੀ ਇਹ ਛੇਤੀ ਨਹੀਂ ਬਣਨਾ ਜੀ, ਸਾਡੇ ਕੋਲ ਟਾਈਮ ਨਹੀਂ ਜਾਂ ਕੁਛ ਨਹੀਂ। ਉਹ ਤਾਂ ਦੇਖੋ ਜਿਨ੍ਹਾਂ ਕੋਲ ਨਹੀਂ ਹੈਗਾ ਉਹ ਮੰਨ ਵੀ ਸਕਦੇ, ਕਈ ਬਹੁਤ ਰੁੱਝੇ ਵੀ ਹੁੰਦੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ, ਪਰ ਆਪਣੀ ਸਿਹਤ ਦੇ ਨਾਲ ਖਿਲਵਾੜ ਤਾਂ ਨਹੀਂ ਨਾ ਆਪਾਂ ਕਰ ਸਕਦੇ ਵੀ ਸਾਡੇ ਕੋਲ ਟਾਈਮ ਨਹੀਂ ਹੈ ਅਤੇ ਆਪਣੀ ਸਿਹਤ ਨਾਲ ਖਿਲਵਾੜ ਕਰ ਲਈਏ। ਅਤੇ ਬਾਕੀ ਤੁਸੀਂ ਮੈਨੂੰ ਵੱਧ ਸਿਆਣੇ ਜੇ, ਆਪਾਂ ਇਸ ਚੀਜ਼ ਦੇ ਜਿੰਨਾ ਕੁ ਆਪਾਂ ਨੂੰ ਜਾਗਰੂਕ ਆਪਾਂ ਕਿਸੇ ਨੂੰ ਕਰ ਸਕਦੇ ਹਾਂ ਉਹਨਾਂ ਕੁ ਆਪਾਂ ਇਸ ਚੈਨਲ 'ਤੇ ਬੋਲਦੇ ਹਾਂ। ਅਤੇ ਬਾਕੀ ਆਪਾਂ ਸਾਰਾ ਤੁਹਾਨੂੰ ਇਹੀ ਇਸ ਚੈਨਲ 'ਤੇ ਵਿਖਾਉਂਦੇ ਹਾਂ ਕਿ ਪਲੀਜ਼ ਤੁਸੀਂ ਜਿਹੜਾ ਪੁਰਾਣੇ ਕਲਚਰ ਨੂੰ ਆਪਣੇ ਨੂੰ ਲੈ ਕੇ ਸਾਹਮਣੇ ਆਓ, ਉਸ ਚੀਜ਼ 'ਤੇ ਅਸਰ ਕਰੋ ਤੁਸੀਂ ਵੀ ਜਿਵੇਂ ਪੁਰਾਣੇ ਸਾਡੇ ਬਜ਼ੁਰਗ ਖਾਂਦੇ ਸੀ ਅਤੇ ਉਹ ਘੱਟ ਬਿਮਾਰ ਹੁੰਦੇ ਸੀ। ਅੱਜ ਕੱਲ੍ਹ ਆਪਾਂ ਬਿਮਾਰੀਆਂ ਆਪਣੇ ਘਰ ਲਿਆ ਕੇ ਰੱਖੀਆਂ ਨੇ ਵੀ ਜਿਵੇਂ ਫਾਸਟ ਫੂਡ ਖਾਣਾ ਚਾਹੇ ਅਲਮੀਨੀਅਮ ਦੇ ਭਾਂਡਿਆਂ 'ਚ ਖਾਣਾ ਚਾਹੇ ਕੁੱਕਰ ਵਰਤਣਾ, ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਛੱਡੋ ਜੀ। ਹੁਣ ਆਪਾਂ ਇੱਥੇ ਵੀਡੀਓ ਦਾ ਕਰਦੇ ਜੀ ਐਂਡ, ਅਤੇ ਘਰ ਦੀਆਂ ਤੋੜੀਆਂ ਸਬਜ਼ੀਆਂ ਬਣਾ ਕੇ ਖਾ ਕੇ ਕਰਾਂਗੇ ਇੰਜੋਏ। ਮਿਲਦੇ ਹਾਂ ਨੈਕਸਟ ਵੀਡੀਓ, ਤਦ ਤੱਕ ਲਈ ਬਾਏ। ਕੁਦਰਤ ਦੇ ਤੁਸੀਂ ਰੰਗ ਦੇਖੋ ਵੀ ਜਿਵੇਂ ਆਪਾਂ ਇਨਸਾਨ ਕਹਿੰਦਾ ਕਿ ਮੈਨੂੰ ਸਾਰਾ ਕੁਛ ਆਉਂਦਾ, ਪਰ ਜਾਨਵਰ ਪਸ਼ੂ ਪੰਛੀ ਸਾਡੇ ਨੂੰ ਵੱਧ ਸਿਆਣੇ ਨੇ। ਉਹਨਾਂ ਦੀ ਸਿਆਣਪ ਦਾ ਇੱਕ ਨਮੂਨਾ ਆਪਾਂ ਤੁਹਾਨੂੰ ਦਿਖਾਉਂਦੇ। ਇੱਧਰ ਦੇਖੋ ਇਹ ਕਿਸੇ ਪੰਛੀ ਦਾ ਪਤਾ ਨਹੀਂ ਕਿ ਕਿਸੇ ਕੀੜੇ ਦਾ ਕਾਹਦਾ ਵਾ ਇਹ ਆਲਣਾ। ਦੇਖੋ ਇੱਧਰ ਵੀ ਇੱਕ ਪੱਤਾ ਸੁੱਕਾ ਪੱਤਾ ਜੋੜਿਆ ਹੋਇਆ, ਤੇ ਇੱਧਰ ਵੀ ਇਹ ਬੈਂਗਣ ਆ ਜਿਵੇਂ ਸਾਡੇ ਲੱਗੇ ਬੈਂਗਣ ਦੇ ਪੱਤੇ ਦੇ ਨਾਲ ਉਹਨਾਂ ਨੇ ਵੇਖ ਸਲਾਈ ਕਰਕੇ ਕਿੱਦਾਂ ਕਿੰਨੀ ਕਾਰਾਗਿਰੀ ਵਿਖਾਈ। ਪਹਿਲੀ ਵਾਰੀ ਦੇਖਿਆ ਇੱਦਾਂ, ਵੈਸੇ ਆਪਾਂ ਆਲਣੇ ਦੇਖਦੇ ਹਾਂ ਵੀ ਪੰਛੀ ਕਿੰਨੇ ਸੋਹਣੇ ਸੋਹਣੇ ਆ ਲਾਗੂ ਜਿਵੇਂ ਸੂਈ ਦੇ ਨਾਲ ਪਰੋ ਪਰੋ ਕੇ ਬਣਾਏ ਹੁੰਦੇ ਆ, ਪਰ ਆਹ ਦੇਖੋ ਅੱਜ ਪਹਿਲੀ ਵਾਰੀ ਦੇਖਿਆ ਇੱਕ ਪੱਤੇ ਦੇ ਨਾਲ ਹੀ, ਹੋਰ ਕੋਈ ਆਸਰਾ ਨਹੀਂ। ਦੇਖੋ ਪਤਾ ਨਹੀਂ ਉਹ ਕਿੰਨੀ ਛੋਟੀ ਕੁ ਚੀਜ਼ ਹੋਊਗੀ ਜਿਹੜੀ ਇੱਕ ਸੁੱਕੇ ਪੱਤੇ ਦੇ ਨਾਲ ਤੇ ਇੱਕ ਦੂਜਾ ਪੱਤਾ, ਸਿਰਫ ਇੱਕ ਸੁੱਕਾ ਪੱਤਾ ਉਹਨੇ ਉਹ ਵੀ ਬੈਂਗਣ ਦਾ ਥੱਲਿਓ ਚੁੱਕ ਹੀ ਉਹਨੇ ਜੋੜਿਆ ਉਹਦੇ ਨਾਲ ਤੇ ਵਿੱਚ ਉਹਨੇ ਰੱਖੇ। ਆਪਾਂ ਉਹ ਅੱਗੋਂ ਬੈਂਗਣ ਤੋੜਨ ਜਾ ਰਹੇ ਸੀਗੇ, ਦੇਖੋ ਅੱਗੇ ਤੱਕ ਗਏ ਹੋਏ, ਫਿਰ ਮੇਰਾ ਧਿਆਨ ਪਿਆ ਇਹ ਸਾਲਣੇ ਵਾਲੇ, ਚਲੋ ਇਹਨੂੰ ਆਪਾਂ ਛੇੜਦੇ ਨੂੰ ਇਹਨੂੰ ਇੱਦਾਂ ਹੀ ਰਹਿਣ ਦਿੰਦੇ ਆਪਾਂ।